मोदी जी भी तो बहुत चलते रौला पा दे आ रहे हैं कि पंजाब का पानी लुटिया जा रहा है, पंजाब के हक मारे जा रहे हैं, पर की असी उहदे उत्ते गौर करन तैयार हाँ भी जो सत्ता तो बहर हो जाने उदो चंडीगढ़ चेते आ उदो एस वाइल चेते आ उदो पानी चेते आ उदो बोली चेते आदो पंजाब के हक चेते आ कि तुसी बड़े चोर हो वह छोटा है तुसी बड़े बेईमान हो वह हुण शुरू होया कि भी बलविंदर सिंह जटाने के परिवार के मार दिते गए सी वह बंदे ने पानी के इस एस वाइल विच नक्का लाया उहदा कि नाम लैण तों भी डरदे आ असीं ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਆਏ ਹੋ ਤੇ ਇੱਥੇ ਤੁਸੀਂ ਦੇਖਿਆ ਸੈਮੀਨਾਰ ਹੋ ਰਿਹਾ ਹੈ ਨਾ ਅੱਜ ਪਹਿਲੀ ਵਾਰ ਨਹੀਂ ਤੁਹਾਨੂੰ ਲੱਗਿਆ ਵੀ ਲੀਡਰ ਥੱਲੇ ਬੈਠੇ ਸੁਣ ਰਹੇ ਨੇ ਤੇ ਜਿਹੜੇ ਮੁੱਖ ਵਕਤਾ ਨੇ ਜਾਂ ਜਿਹੜੇ ਐਕਸਪਰਟਸ ਨੇ ਬੋਲ ਰਹੇ ਨੇ ਬੜੀ ਆਰਾਮ ਨਾਲ ਸੁਣ ਰਹੇ ਨੇ ਕੀ ਉਹਨਾਂ ਨੂੰ ਲੱਗੇਗਾ ਕੁਝ ਪਤਾ ਵੀ ਕੀ ਹੋਇਆ ਤੇ ਕੀ ਅਸਲੀ ਡਾਟੇ ਕੀ ਸੀਗੇ ਦੇਖੋ ਬਹੁਤ ਸੋਹਣੀ ਗੱਲ ਤਾਂ ਇਹ ਹੋਈ ਹੈ ਪ੍ਰਾਲਾ ਕੀਤਾ ਗਿਆ ਜਿਹੜੀ ਸਾਰਥੀ ਜਥੇਬੰਦੀ ਹੈ ਉਹਨਾਂ ਵੱਲੋਂ ਕਿ ਪ੍ਰਗਟ ਸਿੰਘ ਵੱਲੋਂ ਉਹਨਾਂ ਨੇ ਸਾਰੇ ਆ ਧਿਰਾਂ ਵਿੱਚ ਇੱਥੇ ਅਕਾਲੀ ਦਲ ਬਾਦਲ ਵਿੱਚ ਸਿਮਰਜੀਤ ਸਿੰਘ ਮਾਨ ਬੀਜੇਪੀ ਦਾ ਸੁਨੀਲ ਜਾਖੜ ਚਰਨਜੀਤ ਸਿੰਘ ਚੰਨੀ ਕਾਂਗਰਸ ਵੱਲੋਂ ਸਾਰੀਆਂ ਧਿਰਾਂ ਇੱਥੇ ਸਿਆਸੀ ਗੈਰ ਸਿਆਸੀ ਕਿਸਾਨ ਜਥੇਬੰਦੀਆਂ ਜਿਹੜੇ 6 ਸਾਡੇ ਪੰਜਾਬ ਦੇ ਮਾਹਰ ਨੇ ਬੁੱਧੀਜੀਵੀ ਨੇ ਜਿਨ੍ਹਾਂ ਨੂੰ ਜਿਨ੍ਹਾਂ ਦੀ ਬਹੁਤ ਜ਼ਿਆਦਾ ਜਾਣਕਾਰੀ ਹੈ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਉਹਨਾਂ ਨੇ ਬਹੁਤ ਕਿਤਾਬਾਂ ਵੀ ਲਿਖੀਆਂ ਨੇ ਉਹਨਾਂ ਨੂੰ ਸੁਣਿਆ ਬਹੁਤ ਸੋਹਣਾ ਉਪਰਾਲਾ ਹੈ ਪਰ ਸਵਾਲ ਇਹ ਪੈਦਾ ਹੁੰਦਾ ਵੀ ਅਸੀਂ ਠੀਕ ਹੈ ਬੁੱਧੀਜੀਵੀ ਤਾਂ ਬਹੁਤ ਚਿਰਦੇ ਰੌਲਾ ਪਾਉਂਦੇ ਆ ਰਹੇ ਆ ਕਿ ਪੰਜਾਬ ਦਾ ਪਾਣੀ ਲੁੱਟਿਆ ਜਾ ਰਿਹਾ ਪੰਜਾਬ ਦੇ ਹੱਕ ਮਾਰੇ ਜਾ ਰਹੇ ਨੇ ਪਰ ਕੀ ਅਸੀਂ ਉਹਦੇ ਉੱਤੇ ਗੌਰ ਕਰਨ ਤਿਆਰ ਹਾਂ ਅੱਜ ਉੱਥੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਰਹਿ ਚੁੱਕੇ ਨੇ ਚਰਨਜੀਤ ਸਿੰਘ ਚੰਨੀ ਬੈਠੇ ਆ ਅੱਜ ਉੱਥੇ ਪੰਜਾਬ ਦੇ ਮੌਜੂਦਾ MP ਅਮਰ ਸਿੰਘ ਸਰਦਾਰ ਸਿੰਘ ਮਾਨ ਬੈਠੇ ਆ ਅੱਜ ਬਿਕਰਮਜੀਤ ਸਿੰਘ ਮੀਠੀਆ ਬੈਠੇ ਆ ਚੀਮਾ ਸਾਹਿਬ ਬੈਠੇ ਆ ਜਾਖੜ ਸਾਹਿਬ ਬੈਠੇ ਆ ਸਾਰੇ ਤਮਾਮ ਪਾਰਟੀਆਂ ਦੇ ਹੋਰ ਸਾਬਕਾ ਮੌਜੂਦਾ MLA ਸਾਬਕਾ ਮੰਤਰੀ ਸਾਰੇ ਬੈਠੇ ਆ ਪਰ ਮੇਰਾ ਸਵਾਲ ਉੱਥੇ ਵੀ ਇਹੀ ਸੀ ਉਹਨਾਂ ਨੂੰ ਤੇ ਤੁਹਾਡੇ ਕੋਲ ਵੀ ਇਹੀ ਆ ਵੀ ਜਦੋਂ ਇਹ ਸੱਤਾ ਤੋਂ ਬਾਹਰ ਹੋ ਜਾਂਦੇ ਆ ਉਦੋਂ ਚੰਡੀਗੜ੍ਹ ਚੇਤੇ ਆਉਂਦਾ ਉਦੋਂ ਐਸ ਵਾਈਲ ਚੇਤੇ ਆਉਂਦੀ ਆ ਉਦੋਂ ਪਾਣੀ ਚੇਤੇ ਆਉਂਦਾ ਉਦੋਂ ਬੋਲੀ ਚੇਤੇ ਆਉਂਦੀ ਆ ਉਦੋਂ ਪੰਜਾਬ ਦੇ ਹੱਕ ਚੇਤੇ ਆਉਂਦੇ ਆ ਸੱਤਾ ਪ੍ਰਾਪਤ ਕਰਦੀ ਕਿਉਂ ਭੁੱਲ ਜਾਂਦੇ ਆ ਤਾਂ ਉੱਥੇ ਕਿਸੇ ਦੇ ਮੂੰਹ ਤੋਂ ਕੋਈ ਸਵਾਲ ਨਹੀਂ ਸਾਰੇ ਘੁੰਗਣੀਆਂ ਪੈ ਗਈਆਂ ਇਸ ਗੱਲ ਨੂੰ ਲੈ ਕੇ ਮੈਂ ਅੱਜ ਹੀ ਇਹੀ ਉੱਥੇ ਇਹੀ ਗੱਲ ਕਹਿਣਾ ਚਾਹੁੰਦਾ ਕਿ ਅੱਜ ਤੁਸੀਂ ਕਹਿੰਦੇ ਵੀ ਭਗਵੰਤ ਮਾਨ ਲਲਕਰੇ ਮਾਰਦਾ ਭਗਵੰਤ ਮਾਨ ਲਲਕਰੇ ਮਾਰਦਾ ਕਿ ਤੁਸੀਂ ਸਭ ਤੋਂ ਵੱਡੇ ਚੋਰ ਹੋ ਜੋ ਗਦਾਰੀਆਂ ਜੋ ਧੋਖੇ ਤੁਸੀਂ ਪੰਜਾਬ ਨਾਲ ਪਾਣੀਆਂ ਨੂੰ ਲੈ ਕੇ ਪੰਜਾਬ ਦੇ ਹੱਕਾਂ ਨੂੰ ਲੈ ਕੇ ਸੈਂਟਰ ਨਾਲ ਮਿਲ ਕੇ ਆਪਣੀਆਂ ਕੁਰਸੀਆਂ ਬਚਾਉਣ ਦੀ ਖਾਤਰ ਪੰਜਾਬ ਨਾਲ ਕੀਤੇ ਹੈ ਤੁਸੀਂ ਪਹਿਲਾਂ ਕਰਦੇ ਭਗਵੰਤ ਅੱਜ ਕਰ ਰਿਹਾ ਦਿੱਲੀ ਦਾ ਹੱਠੋਕਾ ਬਣ ਕੇ ਗੱਲ ਉਹੀ ਕਰ ਰਿਹਾ ਪਰ ਉਹਨੂੰ ਪਤਾ ਹੈ ਕਿ ਤੁਸੀਂ ਵੱਡੇ ਚੋਰ ਹੋ ਉਹ ਛੋਟਾ ਹੈ ਤੁਸੀਂ ਵੱਡੇ ਬੇਈਮਾਨ ਹੋ ਉਹ ਹੁਣ ਸ਼ੁਰੂ ਹੋਇਆ ਤੁਸੀਂ 20-20 ਸਾਲ 10-10 ਸਾਲ ਸੱਤਾ ਦਾ ਸੁੱਖ ਮਾਣਿਆ ਉਦੋਂ ਕੀਤੀਆਂ ਇਹ ਕਰਤੂਤਾਂ ਉਹ ਹੁਣ ਕਰ ਰਿਹਾ ਇਸੇ ਕਰਕੇ ਤੁਹਾਨੂੰ ਘੇਰੂਗਾ ਇਸ ਕਰਕੇ ਉੱਥੇ ਜਾਣ ਨੂੰ ਤਿਆਰ ਨਹੀਂ ਉੱਥੇ ਹੁਣ ਇੱਥੇ ਕਹਿੰਦੇ ਇੱਥੇ ਸਿਆਸੀ ਗੱਲ ਨਹੀਂ ਕਰਨੀ ਅਸੀਂ ਸ਼ੁਰੂ ਨਹੀਂ ਕੀਤੀ ਮੈਂ ਸ਼ੁਰੂ ਨਹੀਂ ਕੀਤੀ ਨਾ ਮੇਰਾ ਕੀ ਮਕਸਦ ਸੀ ਮੈਂ ਕੋਈ ਸਵਾਲ ਪੁੱਛਣਾ ਜਦੋਂ ਉੱਥੇ ਜਾ ਕੇ ਤੁਮਤਬਾਜ਼ੀ ਸ਼ੁਰੂ ਹੋ ਗਈ ਪਹਿਲਾਂ ਬਾਦਲ ਦੇ ਦਲ ਵੱਲੋਂ ਚੀਮਾ ਸਾਹਿਬ ਬੋਲੇ ਉਹਨਾਂ ਨੇ ਵੀ ਗੱਲ ਵੀ ਸਾਨੂੰ ਐਂ ਕਰ ਰਿਹਾ ਸਾਨੂੰ ਐਂ ਕਰ ਰਿਹਾ ਫਿਰ ਕਾਂਗਰਸ ਦੇ ਚੰਨੀ ਸਾਹਿਬ ਬੋਲੇ ਉਹਨਾਂ ਨੇ ਵੀ ਗੱਲ ਇਹ ਰੱਖੀ ਜਾਖੜ ਸਾਹਿਬ ਬੋਲੇ ਉਹਨਾਂ ਨੇ ਵੀ ਸਾਰੀ ਇਹ ਗੱਲ ਵੀ ਫਲਾਨੇ ਨੇ ਫਲਾਨੇ ਵੇਲੇ ਐਂ ਕਰਤਾ ਫਲਾਨੇ ਨੇ ਫਲਾਨੇ ਵੇਲੇ ਐਂ ਕਰਤਾ ਮੈਂ ਤਾਂ ਅਗਲਾ ਸਵਾਲ ਸੀ ਵੀ ਫਲਾਨੇ ਨੇ ਫਲਾਨੇ ਵੇਲੇ ਕਰਤਾ ਅਸੀਂ ਐਡੀ ਵੱਡੀ ਸਟੇਜ ਦੇ ਉੱਤੋਂ ਯੂਨੀਵਰਸਿਟੀ ਦੇ ਵਿੱਚੋਂ ਸਾਰੇ ਪੰਜਾਬ ਦੀਆਂ ਧਿਰਾਂ ਬੈਠ ਕੇ ਅੱਜ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਇੱਕ ਮਸਲਾ ਵਿਚਾਰ ਰਹੇ ਹਾਂ ਅਤੇ ਜਿਹੜੇ ਇਨਸਾਨ ਨੇ ਪੰਜਾਬ ਦੇ ਪਾਣੀਆਂ ਨੂੰ ਰੋਕਣ ਖਾਤਰ ਆਪਣੇ ਬੱਚੇ ਤੱਕ ਮਰਵਾ ਲਏ ਉਹਦੇ ਪਰਿਵਾਰ ਦਾ ਮੁਕਾਬਲਾ ਬਣਾ ਕੇ 2-2 ਸਾਲ ਦੇ ਜਵਾਕ ਵੀ ਬਲਵਿੰਦਰ ਸਿੰਘ ਜਟਾਣੇ ਦੇ ਪਰਿਵਾਰ ਦੇ ਮਾਰ ਦਿੱਤੇ ਗਏ ਸੀ ਉਹ ਬੰਦੇ ਨੇ ਪਾਣੀ ਦੇ ਇਸ ਐਸ ਵਾਈਲ ਵਿੱਚ ਨੱਕਾ ਲਾਇਆ ਉਹਦਾ ਕਿ ਨਾਂ ਲੈਣ ਤੋਂ ਵੀ ਡਰਦੇ ਹਾਂ ਅਸੀਂ ਜ਼ਿਕਰ ਵੀ ਨਹੀਂ ਕਰਦੇ ਹਾਲਾਂਕਿ BJP ਦੀ ਇੱਥੇ ਬੈਠੇ ਸੀ ਜਾਖੜ ਸਾਹਿਬ ਜਦੋਂ ਭਾਈ ਬਲਵਿੰਦਰ ਸਿੰਘ ਜਟਾਣੇ ਦੀ ਫੋਟੋ ਲੱਗੀ ਹੈ ਉੱਥੇ ਅਜਾਇਬ ਘਰ ਦੇ ਵਿੱਚ ਤਾਂ ਇਹਨਾਂ ਨੇ ਵਿਰੋਧ ਕੀਤਾ ਜਦ ਤੁਸੀਂ ਇਹ ਗੱਲਾਂ ਨੂੰ ਲੈ ਕੇ ਇੱਕ ਬੰਦਾ ਸਾਰਾ ਪਰਿਵਾਰ ਆਪਣਾ ਕੁਰਬਾਨ ਕਰ ਜਾਂਦਾ ਪੰਜਾਬ ਦੇ ਪਾਣੀਆਂ ਨੂੰ ਲੈ ਕੇ ਬਾਕੀ ਤਾਂ ਕਹੀ ਜਾਂਦੇ ਆ ਅਕਾਲੀ ਦਲ ਕਹਿੰਦਾ ਅਸੀਂ ਰੋਕਤਾ ਫਲਾਨੇ ਸਮੇਂ ਅਸੀਂ ਕਰਤਾ ਹੁਣ ਇਹ ਗੱਲ ਸੁਣੋ ਇੰਦਰਾ ਗਾਂਧੀ ਟੱਕ ਲਾਉਣ ਵਾਲੀ ਹੈ ਇੰਦਰਾ ਗਾਂਧੀ ਦਰਬਾਰਾ ਸਿੰਘ ਨੂੰ ਧੌਣ 'ਤੇ ਗੋਡਾ ਰੱਖ ਕੇ ਕੇਸ ਵਾਪਸ ਕਰਾਉਣ ਵਾਲੀ ਹੈ ਉਹਦੀ ਜ਼ਿੰਮੇਵਾਰੀ ਕਿਹਦੀ ਤੈਅ ਹੋਊਗੀ ਬਾਦਲਾਂ ਨੇ ਭਾਖੜਾ ਮੇਨ ਲਾਈਨ ਦੀਆਂ ਜਿਹੜੇ ਕੰਢੇ ਉੱਚੇ ਕਰਕੇ SYL ਦਾ ਪਾਣੀ ਜਿਹੜਾ ਆਪਾਂ ਕਹਿੰਦੇ ਗਿਆ ਨਹੀਂ ਉਹ ਪਹਿਲੇ ਹੀ ਦਿੱਤਾ ਦੇਵੀ ਲਾਲ ਨਾਲ ਸਮਝੌਤੇ ਕੀਤੇ ਕਰੋੜ ਰੁਪਏ ਦਾ ਚੈੱਕ ਲਿਆ ਇਹ ਔਨ ਰਿਕਾਰਡ ਗੱਲਾਂ ਨੇ ਅਸੈਂਬਲੀ 'ਚ ਬੋਲੀਆਂ ਹੋਈਆਂ ਹਰਿਆਣਾ ਦੀ ਵਿਧਾਨ ਸਭਾ 'ਚ ਬੋਲੀਆਂ ਹੋਈਆਂ ਗੱਲਾਂ ਨੇ ਉਹਦਾ ਜਵਾਬ ਕੌਣ ਦੇਊਗਾ ਲੱਖਾ ਜੀ ਕਹਿੰਦੇ ਵੀ ਹੁਣ ਤਾਂ ਅਸੀਂ ਮਾਫੀਆਂ ਮੰਗਦੇ ਹਾਂ ਜੀ ਸਾਡੇ ਤੋਂ ਗਲਤੀਆਂ ਮੰਗਣ ਹੁਣ ਅੱਗੇ ਵਾਲੇ ਲੋਕ ਜਿਹੜੇ ਹੁਣ ਸੁਧਾਰ ਤੱਕ ਮੈਂ ਇਹੀ ਸਵਾਲ ਅੰਦਰ ਸਾਰਿਆਂ ਨੂੰ ਕੀਤਾ ਸੀ ਮਗਾ ਤੁਸੀਂ ਜਨਤਕ ਤੌਰ 'ਤੇ ਪੰਜਾਬ ਦੇ ਲੋਕਾਂ ਤੋਂ ਮਾਫੀ ਮੰਗੋ ਖੜ ਕੇ ਕਿ ਅਸੀਂ ਪੰਜਾਬ ਨਾਲ ਗਦਾਰੀਆਂ ਕੀਤੀਆਂ ਅਸੀਂ ਪੰਜਾਬ ਨਾਲ ਧੋਖਾ
ਧੋਖਾ ਕੀਤਾ ਸੀ ਬੇਈਮਾਨੀ ਕੀਤੀ ਸੀ ਬੇਈਮਾਨ ਲੋਕ ਹੈ ਜੇ ਪੰਜਾਬ ਦੇ ਲੋਕ ਚਾਹਣਗੇ ਤੁਹਾਨੂੰ ਮਾਫ ਕਰ ਦੇਣਗੇ ਨਹੀਂ ਚਾਹਣਗੇ ਨਹੀਂ ਮਾਫ ਕਰਨਗੇ ਮੰਨੋ ਦਾ ਸਹੀ ਗਲਤੀਆਂ ਵੀ ਕਰ ਰਹੇ ਹੋ ਮੰਨ ਵੀ ਨਹੀਂ ਰਹੇ ਇਹ ਤਾਂ ਹੁਣ ਉਹੀ ਗੱਲ ਹੈ ਵੀ ਸੱਤਾ ਖੁੱਸ ਗਈ ਹੁਣ ਦੁਬਾਰੇ ਫਿਰ ਉਹੀ ਪੰਜਾਬ ਦੇ ਮੁੱਦੇ ਭਾਰਨੇ ਆ ਇਹ ਅਕਾਲੀ ਦਲ ਦਾ ਨਾਰਾ ਰਿਹਾ ਨਾ ਖਿੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ ਕਿੱਥੇ ਗਏ ਉਹ ਨਾਰੇ ਤੁਸੀਂ ਬਹਿ ਬਹਿ ਅੰਦਰ ਖਾਤੇ ਸਮਝੌਤੇ ਕਰਕੇ ਆ ਪਾਵੇ ਨੂੰ ਪਹੁੰਚਾਤਾ ਪੰਜਾਬ ਜਿਹੜਾ ਹੁਣ ਪਤਾ ਨਹੀਂ ਅਸੀਂ 40,000 ਮੁੰਡਾ ਪੰਜਾਬ ਤੋਂ ਉਦੋਂ ਮਰਵਾਇਆ ਇੱਥੋਂ ਹੀ ਸ਼ੁਰੂ ਹੋਇਆ ਸੀਗਾ 1982 ਦੇ ਵਿੱਚ ਕਪੂਰੀ ਤੋਂ ਉਦੋਂ ਧਰਮ ਯੁੱਧ ਮੋਰਚੇ 'ਚ ਲੱਗਿਆ ਬਦਲਿਆ ਤੇ ਸਾਡੇ ਪੰਜਾਬ ਦੇ ਮੁੰਡਿਆਂ ਦਾ ਘਾਣ ਹੋਇਆ ਜਵਾਨੀਆਂ ਦੇ ਝੂਠੇ ਮੁਕਾਬਲੇ ਬਣੇ ਅੱਜ ਫਿਰ ਉਸੇ ਪੰਜਾਬ ਨੂੰ ਦੀ ਬਲਦੀ ਦੇ ਬੂਥੇ ਦੇਣਾ ਚਾਹੁੰਦੇ ਉਹ ਜ਼ਿੰਮੇਵਾਰ ਕੌਣ ਹੈ ਲੀਡਰ ਬੋਲੀਗਾ ਸਰਕਾਰ ਇੱਥੇ ਖੜ ਕੇ ਸਟੇਜਾਂ ਤੋਂ ਪੰਜਾਬ ਦੇ ਲੋਕ ਲੜਨਗੇ ਤੁਸੀਂ ਰਾਜ ਕਰਨ ਲਈ ਹੈ ਤੁਸੀਂ ਮੁੱਖ ਮੰਤਰੀ ਮੰਤਰੀ ਬਣਨ ਲਈ ਹੈ ਲੜਨ ਮਰਨ ਪੰਜਾਬ ਦੇ ਮੁੰਡੇ ਹੈ ਕੀ ਗੱਲ ਬਈ ਮੈਂ ਇਹ ਵੀ ਕਿਹਾ ਸੀ ਮੈਂ ਚਲੋ ਤੁਸੀਂ ਕਹਿੰਦੇ ਪੰਜਾਬ ਦਾ ਪਾਣੀ ਹੈ ਇਹ ਰੋਕਣਾ ਅਸੀਂ ਮੁਰੇ ਲੱਗਦੇ ਹਾਂ ਅਸੀਂ ਜਾ ਕੇ ਸਿੜਦੇ ਹਾਂ ਜਿਹੜਾ ਹਰੀਕੇ ਪੱਤਣ ਵਾਲੇ ਦਾ ਤਾਕਤਾ ਸਿੜਦੇ ਹਾਂ ਜਾ ਕੇ ਫੱਟੇ ਸਿੜਦੇ ਹਾਂ ਜਾ ਕੇ ਨਾਲ ਖੜੋ ਅਸੀਂ ਖਾਵਾਂਗੇ ਇੱਕ ਜੁਗਲੀਆਂ ਬਰਾਬਰ ਖੜੋ ਡਰਾਮੇ ਹੋ ਰਹੇ ਆ ਪਰ ਮੈਂ ਕਹਿੰਦਾ ਚੰਗਾ ਕੰਮ ਇਹ ਕੀਤਾ ਸਾਰਥੀ ਵਾਲਿਆਂ ਨੇ ਜਥੇਬੰਦੀ ਨੇ ਪ੍ਰਗਟ ਸਿੰਘ ਨੇ ਕਿ ਸਾਰੇ ਇਕੱਠੇ ਕਰਤੇ ਇਹਨਾਂ ਨੂੰ ਚਾਨਣਾ ਹੋ ਗਿਆ ਉਹ ਸਵਾਲ ਮੇਰੇ ਨਹੀਂ ਹੁਣ ਲੋਕਾਂ ਦੇ ਹੋਰ ਸਵਾਲ ਹੋਏ ਆ ਪੰਜਾਬ ਦੇ ਮੁੰਡਿਆਂ ਦੇ ਸਵਾਲ ਹੋਏ ਆ ਸੋ ਇਸ ਕਰਕੇ ਭੈਣੇ ਇਹ ਗੱਲਾਂ ਨੇ ਲੜਨਾ ਤਾਂ ਪੰਜਾਬ ਦੇ ਅਖੀਰ ਨੂੰ ਲੋਕਾਂ ਨੇ ਪੈਣਾ ਇਹਨਾਂ ਨੇ ਤਾਂ ਉਹਨਾਂ ਲਾਸ਼ਾਂ ਦੇ ਉੱਤੇ ਸਿਆਸਤ ਕਰਨੀ ਹੁੰਦੀ ਹੈ ਤੇ ਰਾਜ ਭਾਗ ਲੈਣੇ ਹੁੰਦੇ ਆ ਆਹੀ ਗੱਲ ਹੈ ਮੇਰੀ ਨਿਡਰ ਹਾਂ ਨਿਰਪੱਖ ਰਹਾਂਗੇ ਆਜ਼ਾਦ ਹਾਂ ਸੱਚ ਕਹਾਂਗੇ ਗੱਲ ਕਰਾਂਗੇ ਸਿਆਸੀ ਹਵਾ ਦੀ ਹੋਣਗੇ ਹੁਕਮਰਾਨਾਂ ਨੂੰ ਸਿੱਧੇ ਸਵਾਲ ਸਭ ਤੋਂ ਪਹਿਲਾਂ ਪਹੁੰਚਾਵਾਂਗੇ ਤੁਹਾਡੇ ਤੱਕ ਸਿਰਫ ਸੱਚੀ ਖਬਰ ਦੱਸਾਂਗੇ ਕੌਣ ਕਰ ਰਿਹਾ ਹੈ ਤੁਹਾਡੇ ਤੇ ਸਫ਼ਰ ਵਿਦੇਸ਼ਾਂ 'ਚ ਬੈਠੇ ਪੰਜਾਬੀਆਂ ਦੇ ਹੱਕ ਦੀ ਕਰਾਂਗੇ ਗੱਲ ਕੈਨੇਡਾ ਦੀ ਹਰ ਸਿਆਸੀ ਖਬਰ ਲੈ ਕੇ ਆਵਾਂਗੇ ਤੁਹਾਡੇ ਵੱਲ ਉਭਰਾਂਗੇ ਪੰਜਾਬ ਦੀ ਆਵਾਜ਼ ਬਣ ਕੇ ਹੋਣਗੇ ਹਰ ਪਹਿਲੂ ਤੇ ਰੋਜ਼ ਚਰਚੇ ਖੁੱਲਾਂਗੇ ਅੰਦਰੂਨੀ ਰਾਜ ਬਣਾਂਗੇ ਬੁਲੰਦ ਆਵਾਜ਼ ਖੇਡ ਸਿੱਖਿਆ ਸਿਹਤ ਖੇਤੀ ਦੀ ਬਾਤ ਪਾਵਾਂਗੇ ਹਰ ਪਿੰਡ ਹਰ ਸ਼ਹਿਰ ਜਾਵਾਂਗੇ ਮਨੋਰੰਜਨ ਨਾਲ ਜੁੜੇ ਕਲਾਕਾਰਾਂ ਨਾਲ ਕਰਵਾਵਾਂਗੇ ਮੁਲਾਕਾਤ ਸੰਘਰਸ਼ਾਂ ਵਾਲੀ ਜ਼ਿੰਦਗੀ ਤੇ ਮਾਰਾਂਗੇ ਝਾਲ ਕੀ ਨੇ ਸਾਡੇ ਕਾਨੂੰਨ ਫਰਜ਼ ਤੇ ਅਧਿਕਾਰ ਕੀ ਕਰਦੀ ਹੈ ਸਾਡੀ ਸਰਕਾਰ ਕੀ ਹੈ ਤੁਹਾਡੀ ਮੁਸ਼ਕਲ ਦਾ ਹੱਲ D5 ਚੈਨਲ ਪੰਜਾਬੀ ਦੀ ਕਚਹਿਰੀ 'ਚ ਹੋਵੇਗੀ ਸਿਰਫ ਲੋਕਾਂ ਦੀ ਗੱਲ ਧਰਮ ਧਰੋਹਰ ਸਿਹਤ ਔਰ ਸੰਸਕ੍ਰਿਤੀ ਕੀ ਹੋਗੀ ਬਾਤ ਅਬ D5 ਚੈਨਲ ਹਿੰਦੀ ਵੀ ਹੋਗਾ ਸਰ D5 ਚੈਨਲ ਪੰਜਾਬੀ ਆਪਣੀ ਧਰਤੀ ਆਪਣੇ ਲੋਕ ਸਤਿ ਸ਼੍ਰੀ ਅਕਾਲ ਜੀ ਮੈਂ ਹਾਂ ਕੁਲਰਾਜ ਰੰਧਾਵਾ ਤੇ ਤੁਸੀਂ ਵੇਖ ਰਹੇ ਹੋ D5 ਚੈਨਲ ਪੰਜਾਬੀ ਜਿਹੜਾ ਲਾਂਚ ਹੋ ਚੁੱਕਾ ਹੈ ਹੁਣ ਕੈਨੇਡਾ ਵਿੱਚ